ਸਵੇਰੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਾਣਕਾਰੀ ਦੇ ਮੁਤਾਬਿਕ ਅਮਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਨੂੰ ਯੂਕੇ ਨਹੀਂ ਜਾਣ ਦਿੱਤਾ ਗਿਆ ਬਰਮਿੰਗਮ ਦੀ ਫਲਾਈਟ ਫੜਨੀ ਸੀ ਉਹਨਾਂ ਨੇ ਅਤੇ ਫਲਾਈਟ 2:30 ਵਜੇ ਰਵਾਨਾ ਹੋ ਚੁੱਕੀ ਹੈ ਪਰ ਕਿਰਨਦੀਪ ਕੌਰ ਯੂਕੇ ਨਹੀਂ ਜਾ ਸਕੀ ਜਾਣਕਾਰੀ ਇਹ ਵੀ ਮਿਲੀ ਹੈ ਕਿ ਉਹਨਾਂ ਨੂੰ ਵਾਪਸ ਉਹਨਾਂ ਦੇ ਸਹੁਰਿਆਂ ਦੇ ਪਿੰਡ ਜੱਲੂਪੁਰ ਖੇੜਾ ਵਿਖੇ ਭੇਜਿਆ ਗਿਆ ਹੈ ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ ਗਿਆ ਹੈ ਜੋ ਉਹਨਾਂ ਨੂੰ ਵਾਪਸ ਉਹਨਾਂ ਦੇ ਪਿੰਡ ਜੱਲੂਪੁਰ ਖੇੜਾ ਲੈ ਕੇ ਜਾ ਰਹੇ ਨੇ ਤਾਈ ਤੋਂ 3 ਘੰਟੇ ਤਕਰੀਬਨ ਪੁੱਛਗਿੱਛ ਕੀਤੀ ਗਈ ਹੈ ਇਮੀਗ੍ਰੇਸ਼ਨ ਅਫਸਰਾਂ ਅਤੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਗਿਰਿੰਦੇਵ ਕੌਰ ਦੇ ਕੋਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਫਿਲਹਾਲ ਗਿਰਿੰਦੇਵ ਕੌਰ ਦੇ ਉੱਤੇ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ ਪਰ ਉਹਨਾਂ ਦਾ ਪਤੀ ਅਮਰਿਤਪਾਲ ਫਰਾਰ ਹੈ ਅਤੇ ਪਤੀ ਅਮਰਿਤਪਾਲ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਮੋਸਟ ਵਾਂਟਡ ਦੱਸਿਆ ਜਾ ਰਿਹਾ ਹੈ ਅਮਰਿਤਪਾਲ ਜਿਸ ਕਾਰਨ ਪਤਨੀ ਗਿਰਿੰਦੇਵ ਕੌਰ ਵੀ ਯੂਕੇ ਵਾਪਸ ਨਹੀਂ ਜਾ ਸਕਦੀ ਯੂਕੇ ਦੀ ਸਿਟੀਜ਼ਨ ਹੈ ਗਿਰਿੰਦੇਵ ਕੌਰ ਇਸ ਦੇ ਬਾਵਜੂਦ ਵੀ ਉਸ ਨੂੰ ਵਿਦੇਸ਼ ਨਹੀਂ ਜਾਣ ਦਿੱਤਾ ਗਿਆ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਤੱਕ ਅਮਰਿਤਪਾਲ ਸਿੰਘ ਗ੍ਰਿਫਤਾਰ ਨਹੀਂ ਹੋ ਜਾਂਦਾ ਉਦੋਂ ਤੱਕ ਕਿਰਨਦੀਪ ਕੌਰ ਨੂੰ ਵਿਦੇਸ਼ ਨਹੀਂ ਜਾਣ ਦਿੱਤਾ ਜਾਵੇਗਾ ਹਾਲਾਂਕਿ ਬੀਤੇ ਦਿਨੀ ਇਹ ਗੱਲ ਸਾਹਮਣੇ ਆਈ ਸੀ ਕਿ 180 ਦਿਨ ਵਾਸਤੇ ਭਾਵੇਂ 6 ਮਹੀਨਿਆਂ ਵਾਸਤੇ ਭਾਰਤ ਆਈ ਹੈ ਆਪਣੇ ਵਿਆਹ ਤੋਂ ਬਾਅਦ 6 ਮਹੀਨਿਆਂ ਲਈ ਭਾਰਤ ਰਹੇਗੀ ਕਿਰਨਦੀਪ ਕੌਰ ਅਤੇ ਇਸ ਵਿਚਾਰੇ ਇੱਕ ਵਾਰ ਉਸ ਦੇ ਲਈ ਵਾਪਸ ਯੂਕੇ ਜਾਣਾ ਜ਼ਰੂਰੀ ਹੈ ਅਤੇ ਹੁਣ ਕਿਰਨਦੀਪ ਕੌਰ ਨੂੰ ਯੂਕੇ ਨਹੀਂ ਜਾਣ ਦਿੱਤਾ ਗਿਆ ਇਹ ਵੀ ਕਿਹਾ ਜਾਂਦਾ ਹੈ ਕਿ ਇਮੀਗ੍ਰੇਸ਼ਨ ਅਤੇ ਕਸਟਮ ਕਲੀਅਰ ਨਹੀਂ ਕਰਵਾਏ ਗਏ ਉਹਨਾਂ ਤੋਂ ਉਹਨਾਂ ਨੂੰ ਬਰਮਿੰਗਮ ਦੀ ਫਲਾਈਟ 'ਚ ਚੜਨ ਵਾਲੇ ਬਾਕੀ ਯਾਤਰੀਆਂ ਤੋਂ ਵੱਖ ਕਰਕੇ ਇੱਕ ਕਮਰੇ ਦੇ ਵਿੱਚ ਪੁੱਛਗਿੱਛ ਕੀਤੀ ਗਈ ਸਵਾਲ-ਜਵਾਬ ਕੀਤੇ ਗਏ ਬਾਹਰ ਜਾਣ ਦਾ ਕਾਰਨ ਪੁੱਛਿਆ ਗਿਆ ਅਮਰਿਤਪਾਲ ਸਬੰਧੀ ਵੀ ਕੁਝ ਗੱਲਾਂ ਪੁੱਛੀਆਂ ਗਈਆਂ ਅਤੇ ਪੁੱਛਗਿੱਛ ਤੋਂ ਬਾਅਦ ਬੀਬੀ ਕਿਰਨਦੀਪ ਕੌਰ ਦੇ ਵਿਦੇਸ਼ ਨਾ ਜਾਣ ਦੇ ਉੱਤੇ ਮੋਹਰ ਲਗਾ ਦਿੱਤੀ ਗਈ ਬੀਤੇ ਦਿਨੀ ਭਾਈ ਅਮਰਿਤਪਾਲ ਸਿੰਘ ਦੇ ਫਰਾਰ ਹੋਣ ਤੋਂ ਬਾਅਦ ਉਹਨਾਂ ਦੇ ਜੱਦੀ ਪਿੰਡ ਜੱਲੂਪੁਰ ਖੇੜਾ ਦੇ ਵਿਖੇ ਘਰ ਦੇ ਬਾਹਰ ਪੁਲਿਸ ਤਾਇਨਾਤ ਕਰ ਦਿੱਤੀ ਗਈ ਸੀ ਅਜਿਹੇ ਦੇ ਵਿੱਚ ਤਕਰੀਬਨ 1 ਮਹੀਨਾ ਹੋ ਚੁੱਕਿਆ ਹੈ ਭਾਈ ਅਮਰਿਤਪਾਲ ਨੂੰ ਫ 1 ਮਹੀਨੇ ਬਾਅਦ ਪਤਨੀ ਦੇ ਵੱਲੋਂ ਵਾਪਸ ਯੂਕੇ ਜਾਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਨੂੰ ਨਾਕਾਮਯਾਬ ਕਰ ਦਿੱਤਾ ਗਿਆ ਏ ਬਿਊਰੋ ਰਿਪੋਰਟ ਚੜ ਦੀ ਗਲਾਟ ਟਾਈਮ ਟੀਵੀ